حافظ وقائد مناصر ودلیل وعینات تسکنہ ارزکا توعن وتمتعہ فیہا طویلا یا محمود بحق محمد یا اعلیٰ بحق علی یا فاطر بحق سیدہ یا محسن بحق حسن یا قدیم الاحسان بحق حسین علیہ السلام یا رب الحسین بحق الحسین اشف صدر الحسین بظہور القائم الحجت باواز بلند صلوات پڑھو کافی مجمع صلوات پڑھنا عظیم عبادت ہے باواز بلند صلوات پڑھو اپنی اپنی حاجتاں دی مقبولیت واسطے ایسی صلوات پڑھو وارث راضی ہو جاویں باواز بلند صلوات نعرہ تکبیر کافی مجمع علی دی اللہ دا نام بلند بلند آواز نال گواہی دیو نعرہ تکبیر نعرہ رسالت نعرہ رسالت دوئے ہاتھ بلند کر کے نجف دیاں دیواراں تک صدا جاوے حیدری ولوی حیدری بآواز بلند صلوات پڑھو ماشاءاللہ لا حول ولا قوۃ الا باللہ العلی العظیم بسم اللہ الرحمن الرحیم قرآن دی ابتدا تے صلوات الحمدللہ الذی نور قلوبنا بولایت آل محمد صلوات ونور قلوبنا بمصائب الحسین صلوات الصلاة والسلام على من كان نبيا وآدم بين الماء والتين بلند صلوات الصلاة والسلام على وزيره وخليفته وابن أمه علي بن أبي طالب نجف والده أوچی صلوات زینت المسجد والمنبر فات الوحد والبدر والحنین وبیر العلم ابی الحسن والحسین صلوات السلام و سلام جدہ وست دیئے جتنے سید آئے بیٹھے ہوں میں کنیز دے پوترا ہوں جدہ محمد دی یتیم ہو یہ مظلوم ماتل المحرومت انحق میرا سے ابھی اللہ تی سبحت علی مشائب لو انہا سبحت علی الایام سرنا لیا
ਅਰਬੀ ਦੇ ਲਫ਼ਜ਼ਨ ਬਹੁਤ ਬੜਾ ਮਸਾ ਹੈ ਵੇ, ਜਿਨ੍ਹਾਂ ਨੂੰ ਸਮਝ ਨਾ ਆਵੇ ਮੁਹੰਮਦ ਦੀ ਦਵਾਣਾ ਹੈ ਬਾਬਾ, ਤੇਰੀ ਕਬਰ ਦੀ ਮਿੱਟੀ ਖੁਸ਼ਕ ਲਾਈ ਹੋਈ, ਇਹ ਤੇਰੇ ਸਹਾਬੀ ਮੇਰੇ ਦਰਵਾਜ਼ੇ 'ਤੇ ਆਏ ਹੋਏ, ਮਿੱਟੀ ਤੇ ਬਹਿ ਕੇ ਰੋਵਣ ਵਾਲੇ ਦਾ ਦਾਰੋ ਮਸਮੂ ਮੋਨਵਾ ਦਿਨ, ਜਿਹਨੂੰ ਕਈ ਵਾਰ ਜ਼ਹਰ ਮਿਲੇ, ਜਿਹਦਾ ਜਨਾਜ਼ਾ ਕਬਰਿਸਤਾਨ ਚ ਵਾਪਸ ਵੱਲੇ ਵੱਲ ਹੁਸ਼ੈਨ ਕਾਮੁਕੀ ਦੇ ਕਦੀਮੀ ਅਜ਼ਾਦਾਰੋ ਗਰੀਬ ਤੇ ਮਜ਼ਲੂਮ ਮੋਨਵਾ ਦਿਨ, ਜਿਹੜਾ 3.5 ਘੰਟੇ 'ਚ 71 ਲਾਸ਼ ਇਕੱਲੇ ਚਾਵ ਲੈਂਦਾ ਵਕਤ ਅਲਵਿਦਾ ਮਿਨਲ ਖਿਆਮ ਯਾਦ ਨਹੀਂ ਆਪਲਥੀ ਖਾਤੂਨ ਦੀਦੀ ਤੇ ਕਹਿੰਦੇ ਹੁਕਾਮ ਦੇ ਨਾਲ ਲਹਾਈ ਗਈ, ਕਾਈ ਰਾਵੀ ਲਿਖ ਗਏ ਤਰਾਏ ਦੀ ਪੂਰੇ ਬੀਬੀ ਸ਼ਾਮ ਦੇ ਬਹਿਰ ਖੜਾਈ ਗਈ, ਰੋਵੇਂ ਦੀ ਕਿਹੜੀ ਗੱਲ ਬਾਤ ਹੁਕਾਮ ਠਿਆ ਆਵੇ ਪੈਦਲ ਟੁਰਦੀ ਤੇ ਜਦਾਂ ਪੂਰੀ ਸ਼ਾਮ ਸਜਾਈ ਗਈ 1,25,000 ਬਦਮਾਸ਼ ਦੇ ਮਜਮੇ ਵਿੱਚ ਵੇਲਾ ਚਾਦਰ ਸ਼ੈਣ ਫਿਰਾਈ, ਮੈਂ ਨਾ ਕਰਾਂ ਮੈਂ ਲੱਖ ਦਫ਼ਾ ਖਾ ਮੈਂ ਹਜ਼ਾਰ ਦਫ਼ਾ ਮੈਂ ਜੋ ਨਾ ਕਰਾਂ ਮੈਂ ਕੋਈ ਥੱਕ ਤਾਂ ਨਹੀਂ ਵੰਜਣਾ, ਤਈ ਤਾਂ ਪਿਆ ਦਾ ਵਾ ਤੋ ਗਠਿਆ ਆਵੇ ਪੈਦਲ ਟੁਰਦੀ ਤੇ ਜਦਾਂ ਪੂਰੀ ਸ਼ਾਮ ਸਜਾਈ ਗਈ 1,25,000 ਬਦਮਾਸ਼ ਦੇ ਮਜਮੇ ਵਿੱਚ ਬਿਨ ਚਾਦਰ ਸ਼ੈਣ ਫਿਰਾਈ। ਮਾਂ ਹੁਸੈਨ ਦੀ ਰਾਜ਼ੀ ਹੋ ਵੀ ਬਹੁਤ ਸੋਹਣਾ ਵਜ਼ੂ ਕੀਤਾ ਹੀ, ਮੈਂ ਨੌਕਰਾਂ ਮੈਂ ਲੱਖ ਦਫ਼ਾ ਮੈਂ ਹਜ਼ਾਰ ਦਫ਼ਾ ਕਰੀਵੇ ਤੰਜ ਢੇਰ ਭਈਆ ਦੇ 5,00,000 ਦਾ ਮਜਮਾ ਆਈ, ਮੈਂ ਆਦਾ 1,25,000 ਹੀ ਹੋਵੇ ਆਓ ਬੀਬੀਆ ਜਿਹਦੀ ਚਾਦਰ ਢੱਲਿਆ ਸੂਰਜ ਹਯਾ ਕਰਿਆ, ਜਿਹੜੀ ਮਾਂ ਦੀ ਕਬਰ ਤੇ ਅਧਰਾ ਦਿਲ ਵਹਿੰਦੀ ਆ ਅਲੀ ਚਿਰਾਗ ਬੁਝੇਂਦਾ, ਅੱਜ ਬਦਮਾਸ਼ਾਂ ਦੇ ਮਜਮੇ ਚਾਹ ਦੀ ਖੜੀ ਆਈ, ਮੈਨੂੰ ਚਾਦਰ ਦਿਓ ਮੈਂ ਅਲੀ ਦੀ ਧੀ ਜ਼ੈਨਬਾਂ। ਮਾਂ ਹੁਸੈਨ ਦੀ ਰਾਜ਼ੀ ਹੋ ਵੀ ਕੋਈ ਫਜ਼ਾਇਲ ਦਾ ਟਾਈਮ ਨਹੀਂ, ਸ਼ਾਮ ਦਾ ਵੇਲਾ ਥੀ ਗਏ, ਮੈਂ ਚਾਹੁੰਦਾ ਮਸਾਹਿਬ ਦੀਆਂ 2 ਸਤਰਾਂ ਤੇਰੀ ਝੋਲੀ 'ਚ ਪਹੁੰਚਾ ਛੋੜਾਂ, ਜਿਹੜੀ ਦੂਰ ਦਾ ਸਫ਼ਰ ਕਰਕੇ ਮਲਕਾ ਸ਼ਾਮ ਬੀਬੀ ਕੋ ਨਾਲ ਰਲਾ ਕੇ ਖਾਲੀ ਵੱਲੀ ਮੁਹੰਮਦ ਦੀ ਧੀ ਪਰਦੇਦਾਰਾਂ 'ਚ ਆਈ ਬੈਠੀਏ, ਮਜਲਿਸੇ ਹੁਸੈਨ 'ਚ ਆਇਆ ਕਰ, ਗਰੀਬ ਬਣ ਕੇ ਆਇਆ ਕਰ, ਮਾਤਮੀ ਦਾ ਦਾਰ ਸਾਡਾ ਲੱਗਾ ਕੁਝ ਨਹੀਂ, ਸ਼ਹੀਦਾਂ ਦਾ ਬੱਚਾ ਕੁਝ ਨਹੀਂ। ਕਿਤਾਬ ਦਾ ਨਾਮ ਹੈ ਬੁਲਬੁਲ ਬੋਸਤਾਨ ਮਾਦੀ, ਲਿਖਣ ਵਾਲਾ ਸ਼ੇਖ ਅਹਿਮਦ ਕਾਫੀ, ਹਰਮ ਇਮਾਮ ਰਜ਼ਾ ਅਲੈਹ ਸਲਾਮ ਵਿੱਚ ਇਹਦੀ ਕਬਰ ਮੁਤਹਰੇ। ਇਹ ਜਿਹੜੀਆਂ ਮਸਾਹਿਬ ਦੀਆਂ 17 ਲਿਖੀਆਂ ਜਨਾਬ ਦੀ ਝੋਲੀ ਤੱਕ ਵਸਦਾ ਵੇਲਾ, ਉਹਦੇ ਬਾਅਦ ਸੈਦ ਉਜੜੇ ਕਿਵੇਂ ਤੇਰੀ ਝੋਲੀ ਤੱਕ ਪਹੁੰਚਾਵਾਂ ਅਤੇ ਭਾਈ ਕੋ ਮੈਂਬਰ ਦੇਵਾਂ।
ਰੋਵਣ ਦਾ ਪਤਾ ਲੱਗਸੀ ਆ ਜਦੋਂ ਪਹਿਲੀ ਰਾਤ ਕਬਰ ਚਾਸੀ ਆ। ਹਾਏ ਕਰਕੇ ਰੋਵਣ ਵਾਲੇ ਦਾ ਦਾਰ ਆਪਣੇ ਦਫਨ ਕਰਕੇ ਤੁਰਵੇ ਸਨ। ਕੱਲੀ ਕਬਰ, ਅੰਧੇਰੀ ਕਬਰ, ਕਬਰ ਦੇ ਕੋਨੇ ਚੋਂ ਇੱਕ ਬੁੱਢੀ ਹੋਈ ਕੂਕ ਬੁਲਾਉਂਦਾ ਸੀ। ਅਦਾਦਾਰ ਪਰੇਸ਼ਾਨ ਹੋ ਸੀ, ਕੌਣੇ ਈ ਆਲਮ ਗੁਰਬਤ ਚ ਮੇਰੇ ਤੇ ਰੋਵਣ ਵਾਲਾ, ਮੇਰੇ ਤੇ ਗਿਰੀਆ ਕਰਨ ਵਾਲਾ। ਆਵਾਜ਼ ਆ ਸੀ, ਪਰੇਸ਼ਾਨ ਨੱਥੀ, ਮੈਨੂੰ ਸੁਣਾਉਣ, ਮੈਂ ਇਬਰਤ ਦਾ ਕੁੱਠਾ ਹੁਸੈਨਾ। ਤੂੰ ਮਿੱਟੀ ਤੇ ਬਹਿ ਕੇ ਧੀਆਂ ਬਹਿਣਾ ਪਰਦੇਦਾਰ ਲਾ ਕੇ ਸਾਡੇ ਗਮ ਵਿੱਚ ਰੋਂਦਾ ਵੇ, ਮੈਂ ਤੈਨੂੰ ਉੱਥੇ ਰੋਵਣ ਆਇਆ ਜਿੱਥੇ ਤੈਨੂੰ ਆਪਣੇ ਦਫਨ ਕਰਕੇ ਤੁਰ ਗਏ। ਸ਼ਾਮ ਦਾ ਵਸਦਾ ਯਹੂਦੀਏ, ਮੇਰੇ ਲਫ਼ਜ਼ਾਂ ਕੋ ਜ਼ਿਹਨ ਜਾ ਦੇਸੋ, ਵਹਿਣ ਕਰੇ ਸਾਂ ਇਤਨਾ ਰੋਸੇ ਜਿਤਨਾ ਮੁਸਾਫਰ ਸ਼ਾਮ ਸਹਿਣ ਚਾਹੁੰਦੀ ਸੀ। ਲੇਕਿਨ ਤਵੱਜੋ ਸ਼ਰਤੇ, ਰੋਵਣ ਦਾ ਤਾਲਕ ਇਨਸਾਨ ਦੀ ਨਫਸੀਆਤ ਫਿਤਰਤ ਨਾਲ ਆਉਂਦਾ ਹੈ। ਉਹ ਬੰਦਾ ਹੀ ਮਸਾਹਿਬ ਤੇ ਜ਼ਰੂਰ ਰੋਸੀ ਜਿਹੜਾ ਬਾਜ਼ਾਰ ਤੋਂ ਵਾਕਿਫ ਹੋ ਸੀ। ਮੈਂ ਕਿ ਸ਼ਾਮ ਦਾ ਵਸਦਾ ਯਹੂਦੀਏ, ਜਿਹੜੇ ਧੀਆਂ ਵਾਲੇ ਪਿਓ ਬੈਠੇ ਹੋ, ਸ਼ਰੀਫਾਂ ਨੂੰ ਪੁੱਤਰਾਂ ਨਾਲੋਂ ਧੀਆਂ ਢੇਰ ਪਿਆਰੀਆਂ। ਅੱਲਾ ਯਹੂਦੀ ਨੂੰ ਮਾਤਮੀ ਅਦਾਦਾਰ ਇੱਕ ਧੀ ਅਤਾ ਕੀਤੀ। ਅਗਰ ਧੀ ਸਿਹਤਮੰਦ ਹੋਵੇ ਤਾਂ ਵੀ ਢੇਰ ਪਿਆਰੀ ਹੁੰਦੀ ਹੈ, ਲੇਕਿਨ ਕਈ ਬੰਦੇ ਦੇ ਘਰ ਧੀ ਜੰਮੇ ਅਤੇ ਧੀ ਮਾਜ਼ੂਰ ਹੋਵੇ, ਮਾਂ ਪਿਓ ਕੋ ਢੇਰ ਮੁਹੱਬਤ ਹੁੰਦੀ। ਅੱਲਾ ਧੀ ਅਤਾ ਕੀਤੀ ਜਿਹੜੀ ਅੱਖਾਂ ਤੋਂ ਨਾ ਵੀ ਨਾ ਆਈ। ਬਖਤ ਇਕਬਾਲ ਦੌਲਤ ਢੇਰਸ ਵਤ ਧੀ ਨੂੰ ਰਲਾ ਕੇ ਜੈਂ ਮਕਾਮ ਜੈਂ ਮੁਲਕ ਚ ਪਤਾ ਲੱਗੇ ਫਲਾਂ ਹਕੀਮੇ, ਨਾ ਪੈਸੇ ਦੀ ਫਿਕਰ ਕੀਤੀ ਸੀ ਨਾ ਸਫ਼ਰ ਦੀ ਫਿਕਰ ਕੀਤੀ ਸੀ। ਦੀਨ ਰਲਾ ਕੇ ਤੁਰ ਪੀਏ, ਜਿੱਦਾਂ ਕਾਇਨਾਤ ਦੇ ਹਕੀਮਾਂ ਲਾ ਇਲਾਜ ਕੀਤੇ। ਗੁਜਰਾਂ ਵਾਲੇ ਕਾਮੋ ਕੀ ਗਿਰਦ ਨਵਾ ਤੋਂ ਆਏ ਹੋਏ ਅਜ਼ਾਦਾਰਾਂ ਨੇ ਮਜ਼ਲੂਮ ਕਰਬਲਾ, ਜਿੱਦਾਂ ਹਕੀਮਾਂ ਲਾ ਇਲਾਜ ਕੀਤੇ। ਈ ਯਹੂਦੀ ਦਾ ਗੁਜ਼ਰ ਉਹ ਗੱਲੀ ਚੋਂ ਹੋਇਆ ਜਿੱਥਾਂ ਕਾਇਨਾਤ ਦੀ ਕੁੱਲੀ ਰਹਿਮਤ ਰਹਿੰਦੀ ਹੈ। ਇਹਦੀ ਨਿਗਾਹ ਪਈਏ ਨਬੀ ਦਾ ਸਾਹਬੀਏ, ਚਿੱਟੀ ਡਾੜੀਏ ਨਾਮ ਸਲੇਮਾਨ ਏ, ਇਹਦੀ ਨਿਗਾਹ ਪਈਏ ਇੱਕ ਮੂਸਾ ਨਬੀ ਦਾ ਫਰਮਾਨ ਯਾਦ ਹੈ। ਉਹ ਬਾਹਲੇ ਕਦਮ ਚਾਹ ਕੇ ਸਲੇਮਾਨ ਦੇ ਸਾਹਮਣੇ ਆ ਖੜੇ, ਆਦੇ ਚਿੱਟੀ ਡਾੜੀ ਵਾਲਾ ਬਜ਼ੁਰਗ, ਸਾਡੇ ਮੂਸਾ ਨਬੀ ਦਾ ਫਰਮਾਨ ਏ, ਅਗਰ ਕੋਈ ਚਿੱਟੀ ਡਾੜੀ ਵਾਲਾ ਅੱਲਾ ਦੀ ਬਾਰਗਾਹ 'ਚ ਦੁਆ ਦੇ ਹੱਥ ਜਾਵੇ, ਅੱਲਾਹ ਦੇ ਮੈਨੂੰ ਖਾਲੀ ਵਲੈਂਦੇ ਸ਼ਰਮ ਆਉਂਦੀ ਹੈ। ਆਵਾਜ਼ ਆਉਂਦੇ ਚਿੱਟੀ ਡਾੜੀ ਵਾਲਾ, ਦੇਖ ਮੇਰੇ ਨਾਲ ਪੁੱਤਰ ਨਹੀਂ, ਮੇਰੇ ਨਾਲ 4 ਸਾਲਾਂ ਦੀ ਧੀ ਹੈ। ਅਗਰ ਤੂੰ ਦੁਆ ਮੰਗੇ ਨਾ, ਮੇਰੀ ਧੀ ਨੂੰ ਹੋ ਸਕਦਾ ਸ਼ਿਫਾ ਮਿਲ ਵੰਜੇ, ਈ ਦੁਆ ਆਖੀਏ। ਸਲੇਮਾਨ ਦਾਵਾ ਕੀਤਾ, ਆਦਨ ਯਹੂਦੀ ਤੈਂ ਦੁਆ ਆਖੀਏ, ਮੈਂ ਦੁਆ ਹੀ ਮੰਗ ਛੋੜਦਾ। ਲੇਕਿਨ ਦੁਆ ਦੇ 2 ਮਕਸਦ, ਜਾਂ ਦੁਆ ਮੌਕੇ 'ਤੇ ਪੂਰੀ ਆਉਂਦੀ ਹੈ, ਜਾਂ ਇਹਦਾ ਅਜਰ ਆਖਰਤ 'ਚ ਮਿਲ ਵੈਂਦੇ। ਅਗਰ ਤੂੰ ਆਖੇ ਤਾਂ ਮੈਂ ਇੱਕ ਦਾਵਾ ਕਰੇਨਾ, ਅਗਰ ਤੇਰੇ ਇਸੇ ਬੱਚੀ ਨੂੰ ਇਸੇ ਗਲੀਏ 'ਚ ਮੈਂ ਅੱਖਾਂ ਦੀ ਬਿਨਾਈ ਲੈ ਦੇਵਾਂ। ਬਿਨਾਈ ਦਾ ਲਫ਼ਜ਼ ਹੈ, ਅੱਖਾਂ ਨਹੀਂ ਸਾਵਣ ਦੇ ਬਦਲ ਬਣ ਗਏ। ਆਦਮ ਮੈਂ ਆਪਣੀ ਸਾਰੀ ਜਾਇਦਾਦ ਤੈਨੂੰ ਲਿਖ ਦੇ ਸਾਂ। ਸਲੇਮਾਨ, ਆਦਮ ਮੈਂ ਉਹਨਾਂ ਨੂੰ ਮੰਨਾਂ ਜਿਹਨਾਂ ਦੁਨੀਆਂ ਨੂੰ 3 ਤਲਾਕਾਂ ਦਿੱਤੀਆਂ, ਮੈਨੂੰ ਦੌਲਤ ਨਹੀਂ ਚਾਹੀਦੀ। ਅਗਰ ਇਸ ਗੱਲੀ 'ਚ ਤੇਰੀ ਧੀ ਨੂੰ ਅੱਖਾਂ ਮਿਲ ਵੰਜੇ, ਮੇਰੇ ਮੁਹੰਮਦ ਦਾ ਕਲਮਾ ਪੜਸੇ। ਅਦ ਕੱਲਾ ਮੈਂ ਨਹੀਂ, ਜਿਹੜੇ ਮਾਰਫਤ ਸੁਣ ਕੇ ਰੋਂਦੇ ਬੈਠੇ ਨੇ, ਇਨਸ਼ਾਅੱਲਾ ਕਈ ਗਮ ਵਿੱਚ ਨਾ ਰੋਵੇਂ। ਮਾਤਮੀਓ ਈ ਆਖੇ, ਮੈਂ ਕਬੀਲੇ ਦੀ ਜ਼ਮਾਨਤ ਦੇਣਾ, ਜ਼ਮਾਨਤ ਦਾ ਲਫ਼ਜ਼ ਹੈ। ਉਬਾਹਲੇ ਕਦਮ ਚਾਵਣੇ ਸ਼ੁਰੂ ਕੀਤੇ, ਉਹ ਪਾਸੇ ਤੁਰੇ ਜਿੱਥੇ ਮੁਹੰਮਦ ਮੁਸਤਫਾ ਦਾ ਦਰਬਾਰ ਆਈ। ਸਲੇਮਾਨ ਉਬਾਹਲੇ ਕਦਮ ਚਾਹ ਕੇ ਨਬੀਆਂ ਦਾ ਸੁਲਤਾਨ ਖੁਤਬਾ ਬੈਠਾ ਦੇਂਦਾ ਹੈ। ਵਸਦੀ ਰੋਤੇ ਸਲੇਮਾਨ ਦਾ ਪਹਿਲਾ ਕਦਮ ਹੈ, ਅਦੇ ਸੋਹਣਾ ਇੱਥੋਂ ਦਾ ਨਹੀਂ ਸ਼ਾਮ ਦਾ ਵਸਦਾ ਹੈ। ਮੁਸਲਮਾਨ ਨਹੀਂ, ਯਹੂਦੀ ਮਜ਼ਹਬ ਨਾਲ ਤਲਕ ਰੱਖਦਾ, ਨਾਲ ਪੁੱਤਰ ਨਹੀਂ ਧੀ ਏ। ਨਬੀਆਂ ਦੇ ਸੁਲਤਾਨ ਫਰਮਾਇਆ, ਮੇਰੀ ਰਹਿਮਤ ਦਾ ਇਮਤਿਹਾਨ ਨਾ ਲੈ, ਮੈਨੂੰ ਉਸ ਘੜੀ ਤੋਂ ਇੰਤਜ਼ਾਰ ਏ ਜਦੋਂ ਧੀ ਕੁਰਲਾ ਕੇ ਤੁਰਾਈ। ਵਨ ਉਹ ਕੋ ਦਰਬਾਰ 'ਚ ਗਿਨਾ, ਯਹੂਦੀ ਦੀ ਧੀ ਦਰਬਾਰ 'ਚ ਹੈ, ਬਚਪਨ ਆਈ ਹੁਸੈਨ ਦਾ। ਫਰਮਾਇਆ ਲੱਗਾ, ਵਨ ਹੁਸੈਨ ਕੋ ਆਖਤੇ ਕੋ ਨਾਨਾ ਪਿਆ ਸਦੇਂਦਾ ਹੈ। ਨਾਨੇ ਦਾ ਪੈਗਾਮ ਮਿਲਾ, ਇਵੇਂ ਆਏ ਜਿਵੇਂ ਝਿੱਕ ਵਾਲੇ ਪਾਸੇ ਪਾਣੀ ਆਉਂਦਾ, ਨਾਨਾ ਕੋਈ ਹੁਕਮ। ਫਰਮਾਇਆ, ਹੁਸੈਨ ਤੂੰ ਤਾਂ ਜਾਣਦਾ ਹੈ ਤੇਰੀ ਭਾਈਵਾਲ ਦਾ ਸ਼ਾਮ ਨਾਲ ਰਿਸ਼ਤਾ ਕੈਸਾ ਹੈ। ਹਾਂ ਨਾਨਾ ਜਾਣਦਾ, ਮੈਂ ਕਰਬਲਾ ਕੁਸਣੇ ਉਹ ਦੀਨ ਬਚਾਵਣ ਚਾਦਰ ਲੁਟਾ ਕੇ ਸ਼ਾਮ ਵੰਜਣਾ। ਆਵਾਜ਼ ਆਉਂਦੇ, ਹੁਸੈਨ ਵੱਤ ਦੇ ਕੇ ਬੱਚੀ ਕੌਣ ਹੈ?
ਨਾਨਾ ਜਾਣਦਾ ਹਾਂ ਤੁਹਾਡੀ ਜ਼ਬਾਨੀ ਸੁਣਨਾ ਚਾਹੁੰਦਾ ਕੌਣ ਏ? ਫਰਮਾਇਆ ਹੁਸੈਨ ਇੱਥੋਂ ਦੀ ਨਹੀਂ ਹੈ, ਸ਼ਾਮ ਦੀ ਵਸਦੀ ਏ, ਅੱਖਾਂ ਤੋਂ ਨਾ ਬੀਨੇ, ਬੱਚੀ ਨੂੰ ਸ਼ਿਫਾ ਦੇ। ਨਬੀਆਂ ਦੇ ਸੁਲਤਾਨ ਹੁਕਮ ਦਿੱਤਾ, ਤਸ਼ਤ 'ਚ ਪਾਣੀ ਆਇਆ, ਵਸਦੀ ਰੋਤੇ 'ਚ ਹੁਸੈਨ ਬਾਦਸ਼ਾਹ ਪਾਣੀ 'ਚ ਹੱਥ ਲਏ, ਬੱਚੀ ਦੀਆਂ ਅੱਖਾਂ 'ਤੇ ਲਏ, ਮਾਤਮੀ ਉਸ ਤੋਂ ਉੱਤੇ ਮਸਾਇਬ ਨਹੀਂ ਆਉਂਦੇ, ਬੱਚੀ ਨੂੰ ਸ਼ਿਫਾ ਮਿਲੀ, ਇਹਦਾ ਪਿਓ ਖੁਸ਼ ਹੋਇਆ, ਹੁਸੈਨ ਰੋਂਦਾ ਹੋਇਆ ਦਰਬਾਰ 'ਚ ਬਾਹਰ ਨਿਕਲੇ। ਉਬਾਲੇ ਕਦਮ ਚਾ ਕੇ ਨਬੀਆਂ ਦੇ ਸੁਲਤਾਨ ਦੇ ਕੋਲ ਆ ਖੜੀਏ, ਆਦੀ ਯਾ ਰਸੂਲ ਅੱਲਾ, ਮੇਰਾ ਬਾਬਾ ਪੜ੍ਹੇ ਨਾ ਪੜ੍ਹੇ, ਮੈਨੂੰ ਕਲਮਾ ਪੜ੍ਹਾ, ਮੈਂ ਤੇਰੀ ਰਹਿਮਤ ਬੜੇ ਕਰੀਬ ਤੋਂ ਦਿੱਤੀਏ, ਕਲਮਾ ਪੜ੍ਹੇ। ਅੱਛਾ, ਕੋਈ ਕਹੇ ਤੇ ਵੱਡਾ ਅਹਿਸਾਨ ਕਰ ਛੋੜੇ ਨਾ, ਲੋਕ ਗੁਲਾਮੀ 'ਚ ਪੁੱਤਰ ਦੇ ਛੁੜੇਂਦੇ ਨੇ, ਮੈਂ ਅੱਧਾ ਇਤਨੀ ਰਹਿਮਤ ਕਰੀਬ ਤੋਂ ਦਿੱਤੀ ਨੇ, ਅੱਧੇ ਸਖੀ ਇੱਕ ਬਿਨਾਈ ਦਿੱਤੀ ਵੇ, ਇੱਕ ਮਿੰਨਤ ਹੋਰ ਚਲਾਓ, ਮੇਰਾ ਖਾਨਦਾਨ ਯਹੂਦੀ, ਅਗਰ ਈ ਬੱਚੀ ਕੂੰ ਆਪਣੇ ਘਰ ਕਨੀਜ਼ੀ ਦੀ ਝਾ ਦੇ ਛੋੜੋ, ਤੁਹਾਡੇ ਘਰ ਦੇ ਕੰਮ ਕਰਦੀ ਰਾਸੀ, ਜਿਹੜਾ ਕੰਮਾਂ ਤੋਂ ਫੁਰਸਤ ਮਿਲੇ, ਸ਼ਰੀਅਤ ਦਾ ਦਰਸ ਦੇ ਛੁੜਾਏ। ਨਬੀਆਂ ਦੇ ਸੁਲਤਾਨ ਕਬੂਲ ਕੀਤਾ। ਮੁਖਤਸਰ ਕਰਾਂ, ਵਹਿਣ ਦੇ ਕਰੀਬ ਆਵਾਂ, ਮਿੱਟੀ 'ਤੇ ਬਹਿ ਕੇ ਰੋਵਣ ਵਾਲੇ ਅਜ਼ਾਦਾਰ, ਇਹਦੀ ਖੁਸ਼ਕਿਸਮਤ ਆਈ, ਬਚਪਨ ਆਈ, ਇਹਦਾ ਕਦਮ ਬਤੂਲ ਦੇ ਵਿਹੜੇ 'ਚ ਆਇਆ, ਮੇਰੀ ਸਹਿਣ 'ਚ ਆਇਆ, ਹਾਂ ਨਾ ਲਾ ਕੇ ਮੂੰਹ ਚੁੰਮ ਕੇ ਫਰਮਾਇਆ, ਹੈ ਬੱਚੀ ਤੇਰਾ ਨਾਮ ਕਿਆ ਹੈ? ਬਚਪਨ ਬਤੂਲ ਦੀ ਝੋਲੀ 'ਚ ਤੋਤਲੇ ਲੇਜੇ 'ਚ ਬੋਲ ਕੇ ਆਦੀਏ, ਮੇਰਾ ਨਾਮ ਮੇਰੇ ਮਾਂ ਪਿਓ ਹਿੰਦਾ ਰੱਖੇ। ਹੁਣ ਜਿਹਦਾ ਜ਼ੇਨ ਬਾਜ਼ਾਰ ਵਾਲੇ ਪਾਸੇ ਹੋਵੇ, ਮਾਤਮੀ ਅਦਾਦਾਰੋ, ਬਤੂਲ ਕੋ ਮਿਲਣ ਤੋਂ ਬਾਅਦ ਬਤੂਲ ਦੇ ਪੁੱਤਰਾਂ ਧੀਆਂ ਕੋ ਮਿਲਦੀ ਹੋਈ, ਆਖਿਰ ਤੇ ਅਲੀ ਦੀ ਆਲੀਆ ਧੀ ਕੋ ਲਾਈਏ, ਇਹ ਸਲਾਮ ਕੀਤਾ, ਮੇਰੀ ਸੈਣ ਜਵਾਬ ਦੇਵਣ ਤੋਂ ਬਾਅਦ ਰੱਜ ਰੁਨੀਏ, ਅਦੀ ਸੈਣ ਮੈਂ ਸਲਾਮ ਕੀਤਾ, ਤੁਹਾਡੀਆਂ ਅੱਖਾਂ ਵਸ ਪਈਆਂ, ਖੈਰ ਤਾਂ ਹੈ? ਆਵਾਜ਼ ਆਉਂਦਾ ਹਿੰਦਾ, ਤੇ ਸਲਾਮ ਕੀਤਾ, ਮੈਨੂੰ ਤੇਰਾ ਲੇਜਾ ਨਜ਼ਰ ਆਇਆ, ਮੈਨੂੰ ਇੱਕ ਮੋੜ ਯਾਦ ਆਇਆ, ਜੇ ਮੈਂ ਜ਼ੈਨਬ ਨੂੰ ਬੜਾ ਰੁਆਇਆ। ਅਦੀ ਬੀਬੀ ਕਨੀਜ਼ ਕੋ ਨਹੀਂ ਵੇ ਦੱਸਦੇ, ਕਿਹੜਾ ਮੌਕਾ, ਕਿਹੜਾ ਮੰਜ਼ਰ, ਕਿਹੜਾ ਮਕਾਮ? ਆਵਾਜ਼ ਆਉਂਦਾ ਹਿੰਦਾ, ਤੇਰਾ ਸਨ ਛੋਟਾ, ਮੌਸਮ ਦੂਰ ਏ, ਇੱਕ ਵਕਤ ਆਸੀ ਤੇ ਕੋ ਰਾਜ ਦੱਸ ਛੁੜੇ ਸਾਂ, ਮਾਤਮੀ ਬਚਪਨ ਗੁਜ਼ਰੇ ਬਤੂਲ ਦੇ ਘਰ, ਸ਼ਰੀਅਤ ਦਾ ਦਰਸ ਗਿੱਦਸ ਜਵਾਨ ਹੋਈ। ਮੁਖਤਸਰ ਕਰਾਂ, ਅਲੀ ਬਾਦਸ਼ਾਹ ਦਾ ਦੌਰ ਹਕੂਮਤ, ਖਤ ਲਿਖਣੇ ਹਿੰਦਾ ਦੇ ਬਾਪ ਨੂੰ, ਆ ਤੇਰੀ ਧੀ ਜਵਾਨ ਥੀ ਗਈ ਏ, ਸ਼ਰੀਅਤ ਦਾ ਹੁਕਮ ਏ, ਧੀ ਜਵਾਨ ਹੋਵੇ ਉਹਦੀ ਸ਼ਾਦੀ ਕਰ ਛੋੜੋ। ਪਿਓ ਦਰਵਾਜ਼ੇ 'ਤੇ ਘਿੰਨਣ ਆ ਖੜੇ, ਮਾਤਮੀ ਦਰਵਾਜ਼ੇ 'ਤੇ ਆ ਕੇ ਸਮਾਨ ਨਹੀਂ ਚਾ ਕੇ ਆਈ, ਬਾਬੇ ਨੂੰ ਮੁਖਾਤਿਬ ਹੋ ਕੇ ਆਦੀਏ, ਬਾਬਾ ਕਿਉਂ ਲੰਮਣ ਆਇਆ? ਅਲੀ ਬਾਦਸ਼ਾਹ ਦਾ ਹੁਕਮ ਏ, ਬਾਬਾ ਕਿਹੜੀ ਸੋਹਣੀ ਇਹਨਾਂ ਦੇ ਘਰ ਕਨੀਜ਼ੀ ਪਈ ਕਰੇਂਦੀਆਂ, ਵੀ ਅਜੇ ਕਨੀਜ਼ੀ ਤਾਂ ਕਹੇ ਨੂੰ ਅਤਾ ਆਉਂਦੀ ਏ। ਆਵਾਜ਼ ਆਇਆ, ਅਲੀ ਬਾਦਸ਼ਾਹ ਦਾ ਹੁਕਮ ਏ। ਅੱਛਾ ਬਾਬਾ, ਅਗਰ ਉਹਨਾਂ ਦਾ ਹੁਕਮ ਏ, ਇੱਕ ਲਹਾਜ਼ਾ ਦਰਵਾਜ਼ੇ 'ਤੇ ਰੁਕ, ਜਿਹਨਾਂ ਦੇ ਘਰ ਝਾੜੂ ਦਿੱਤੇ, ਬਰਤਨ ਸਾਫ਼ ਕੀਤੇ, ਆਖਰੀ ਦਫ਼ਾ ਅਲਵਿਦਾ ਤਾਂ ਕਰ ਲਵਾਂ, ਇੱਕ ਨੂੰ ਅਲਵਿਦਾ ਕਰਦੀ ਹੋਈ, ਆਖਿਰ ਤੇ ਅਲੀ ਦੀ ਆਲੀਆ ਧੀ ਕੋਲਾ ਬੈਠੀਏ, ਮਾਤਮੀ ਦਾ ਦਾਰ ਆਦੀਏ, ਬੀਬੀ ਮੈਂ ਵਤਨ 'ਤੇ ਪੇ ਮਹਿੰਦੀ ਹਾਂ, ਵਤਨ ਦਾ ਲਫ਼ਜ਼ ਹੈ, ਵਸਤੀ ਰੋਤੇ 'ਚ ਆਲੀਆ ਦੀਆਂ ਅੱਖਾਂ ਸਾਵਣ ਦੇ ਬਦਲ ਬਣ ਗਏ, ਹੈ ਹਿੰਦਾ ਵਤਨ ਪਿਆਰਾ ਆਉਂਦਾ ਹੈ, ਆ ਬੀਬੀ ਵਤਨ ਪਿਆਰਾ ਆਉਂਦਾ ਹੈ, ਅਗਰ ਕੋਈ ਵਤਨ 'ਤੇ ਰਾਣ ਡੇਵੇ, ਮੇਰੀ ਸੈਣ ਅਲਵਿਦਾ ਕਰਨ ਤੋਂ ਬਾਅਦ ਰਾਜ ਰੁਨੀਏ, ਹਿੰਦਾ ਕਦਮਾਂ 'ਤੇ ਜਾਣ ਪਈਏ। ਆਦੀਏ, ਬੀਬੀ ਜਿਹੜਾ ਮੈਂ ਆਈ ਐਮ ਤੁਸਾਂ ਰਾਜ ਰੁਨੇ ਆਵੇ, ਅਲਵਿਦਾ ਕਰਨ ਆਈਆਂ, ਬੀਬੀ ਰੋਂਦੇ ਕਿਉਂ ਹੈ? ਮੇਰੀ ਸੈਣ ਆਖੇ, ਤੂੰ ਨਾ ਰੋ, ਮੇਰਾ ਚਿਹਰਾ ਰੱਜ ਕੇ ਪਹਿਚਾਣ। ਆਦੀ ਬੀਬੀ, ਤੁਹਾਡਾ ਚਿਹਰਾ ਮੈਂ ਭੁੱਲ ਸਕਦੀ ਹਾਂ? ਆਵਾਜ਼ ਆਉਂਦਾ ਹਿੰਦਾ, ਅੱਗੇ ਮੇਰਾ ਚਿਹਰਾ ਤੂੰ ਦੇਖਦੀ ਰਹੀਂ, ਘਰ ਦੀ ਚਾਰ ਦੀਵਾਰੀ ਏ, ਚਗਰ ਇਹੋ ਚਿਹਰਾ ਤੈਨੂੰ ਬਾਜ਼ਾਰ 'ਚ ਨਜ਼ਰ ਆਵੇ, ਪਹਿਚਾਣ ਵੈਸੇ। ਆਦੀ ਅਲਮਾਨ ਆਖ, ਤੇਰਾ ਚਿਹਰਾ ਕੋਈ ਬਾਜ਼ਾਰ ਦਾ ਜੋੜੇ। ਮੇਰੀ ਸਹਿਣ ਫਰਮਾਇਆ, ਵਕਤ ਔਰ ਹਾਲਾਤ ਬਦਲਦੇ, ਢਿੱਲ ਨਹੀਂ ਲੱਗਦੀ, ਅਮੀਰ ਗਰੀਬ ਬਣ ਵੈਂਦੇ, ਸ਼ਰੀਫ ਉੱਜੜ ਵੈਂਦੇ, ਲੇਕਿਨ ਹਿੰਦਾ ਤੇਰੀ ਸ਼ਾਦੀ ਉਸੀ ਯਜ਼ੀਦ ਨਾਲ, ਬਖਤ ਇਕਬਾਲ ਦੌਲਤ ਢੇਰ ਉਸੀ, ਮਹੱਲਾਂ ਦੀ ਮਲਕਾ ਵੰਜ ਬਣਸੇ, ਸ਼ਹਜ਼ਾਦੀ ਵੰਜ ਬਣਸੇ, ਲੇਕਿਨ ਮੈਂ ਆਲੀਆ ਦੀ ਇੱਕ ਮਿੰਨਤ ਯਾਦ ਰੱਖੇ, ਅਗਰ ਬਾਜ਼ਾਰ 'ਚ ਐਲਾਨ ਹੋਵੇ ਨਾ, ਪੱਥਰ ਮਾਰੋ, ਬਾਗੀ ਦੀ ਭੇਣ ਆ ਗਈ ਏ। ਹਿੰਦਾ ਹੁੰਦਾ ਤਮਾਸ਼ਾ ਦੇਖਣ, ਤੂੰ ਬਾਜ਼ਾਰ ਨਾ ਮੰਨੇ, ਕਦਮਾਂ 'ਤੇ ਜਾਣ ਕੇ ਆਦੀਆ, ਹੈ ਬੀਬੀ ਜਿਹੜੇ ਕੈਦੀ ਜ਼ੇਵਰ ਪਾ ਕੇ, ਕੜੀਆਂ ਪਾ ਕੇ ਬਾਜ਼ਾਰ 'ਚ ਆਉਂਦੇ ਨੇ, ਉਹ ਮੁਜਰਮ ਨਹੀਂ ਆਉਂਦੇ। ਮੇਰੀ ਸੈਣ ਫਰਮਾਇਆ, ਹਰ ਕੈਦੀ ਮੁਜਰਮ ਨਹੀਂ ਆਉਂਦਾ, ਕਦਈ ਸ਼ਰੀਫ ਹੀ ਉੱਜੜ ਵੈਂਦੇ ਨੇ। ਇਸ ਤੋਂ ਜ਼ਿਆਦਾ ਮੁਖਤਸਰ ਨਾ ਕਰ ਸਕਦਾ ਕਾਮੋ ਕੀ ਦੇ ਅਜ਼ਾਦਾਰੋ। 28 ਰਜਬ
ਭੈਣ ਭਰਾ ਨਾਨੇ ਦਾ ਸ਼ਹਿਰ ਛੋੜੇ, ਦੋ ਮੁਹਰਮ ਕਰਬਲਾ, ਸੱਤ ਮੁਹਰਮ ਉਹਨਾਂ ਦਾ ਪਾਣੀ ਬੰਦ ਹੋਇਆ ਹੈ ਜਿਨ੍ਹਾਂ ਦੀ ਮਾਂ ਦੇ ਹੱਕ ਮਾਰ ਚ ਕਾਇਨਾਤ ਦੇ ਦਰਿਆ ਹਨ, ਅੱਠ ਨੌ ਮੁਹਰਮ 23 ਰਿਆਸਤਾਂ ਚੋਂ 9 ਲੱਖ ਬਦਮਾਸ਼ 72 ਨੂੰ ਲੁੱਟਣ ਵਾਸਤੇ ਜਮ੍ਹਾਂ ਹੋਇਆ, ਦਾਵੀਂ ਦਾ ਦੀ ਕਿਆਮਤ ਤੋਂ ਘੱਟ ਨਹੀਂ। ਬਾਬਾ ਮਰਹੂਮ ਅਜੇ ਆਸ਼ਿਕ ਹੁਸੈਨ ਕਿਆਮਤ ਪੜ੍ਹਦੇ ਹੁੰਦੇ ਹਨ, ਅਲੀ ਅਕਬਰ ਆਜ਼ਾਨ ਦਿੱਤੀ ਤੇ ਬਤੂਲ ਦੇ ਚੰਮਨ ਤੇ ਲੁੱਟ ਪੈ ਗਈ। ਉਹ ਪੜ੍ਹਦੇ ਹਨ, ਇਤਨੀ ਤੇਜ਼ ਲੁੱਟ ਆਈ 3.5 ਘੰਟੇ ਤੋਂ ਬਾਅਦ ਲਹਿ ਬੈਠਾ ਜ਼ਹਰਾ ਦਾ ਚੰਨ। ਇਡੋ ਆਖਰੀ ਜ਼ਰਬ ਚੱਲੀਏ, ਉਡੋ ਜ਼ੈਨਬ ਦਾ ਬੁਰਕਾ ਲੁੱਟਾ ਗਿਆ, ਅਲੀ ਦੀ ਆਲੀਆ ਧੀ ਅੱਬਾਸ ਬਣ ਕੇ ਰਾਤ ਗੁਜ਼ਾਰੀ, ਚਾਚਾ ਜੀ ਯਾਰਾਂ ਦਾ ਦੀ ਚੜੇ, ਨਲਾਇਕ ਦੁਕਾਨ ਦੇ ਨਲਾਇਕ ਜ਼ੇਵਰ ਵਜ਼ਨੀ ਗੱਡ ਸਜਾਦ ਦੇ ਹੱਥਾਂ ਤੇ ਆਈ, ਬਿਮਾਰ ਦੀ ਕਮਰ ਟੁੱਟ ਗਈ, ਅੱਖਾਂ ਚੋਂ ਰਾਤ ਜਾਰੀ ਹੋਈ, ਮੁਹਾਫਜ਼ ਇਮਾਮਤ ਮੋਸਨ ਇਮਾਮਤ ਸੈਣ ਮੰਜ਼ਰ ਡਿੱਠੇ, ਉਬਾਲੇ ਕਦਮ ਚਾ ਕੇ ਸਜਾਦ ਦਾ ਦਾਮਨ ਅਲਾ ਕਿਆ ਦੀਆ, ਹੈ ਸਜਾਦ ਮੈਡਾ ਪਹਿਲਾ ਪਰਚੇ ਤੂੰ ਰਾਤ ਬੈਠਾ ਰੋਣ, ਅਤੇ ਅਮਰ ਰਾਤ ਨ ਰੋਵਾਂ ਕਿਆ ਕਰਾਂ, ਮੇਰੇ ਪਿਓ ਦਾ ਕਾਤਿਲ ਮੈਂ ਕੋ ਲੋਹੇ ਦੇ ਜ਼ੇਵਰ ਦੇ ਗਈਏ, ਅਮਾ ਕਹਿ ਕੋ ਪਵਾਵਾਂ, ਕਹਿੰਦਾ ਕੋਈ ਘੱਟ ਨੁਕਸਾਨ ਹੋਏ, ਅਮਾ ਅਕਬਰ ਦੀ ਮਾਂ ਕੋ ਦੇਵਾਂ ਆਕਸੀ ਨਹੀਂ, ਮੇਰਾ 18 ਸਾਲਾਂ ਦਾ ਕੜੀਅਲ ਜਵਾਨ ਲਹਿ ਗਿਆ, ਅਮਾ ਕਾਸਿਮ ਦੀ ਮਾਂ ਕੋ ਦੇਵਾਂ ਆਕਸੀ ਨਹੀਂ, ਮੇਰਾ ਲੱਥਾ ਤੇ ਲਾਸ਼ ਤੇ ਘੋੜੇ ਵੱਜ ਗਏ, ਅਮਾ ਅਸਗਰ ਦੀ ਮਾਂ ਕੋ ਦੇਵਾਂ ਆਕਸੀ ਨਾ, ਮੇਰਾ ਬੋਲੀ ਨਾ ਬੋਲੇਂਦਾ, ਇੱਕ ਦੀਏ ਚ 3 ਦਫ਼ਾ ਜ਼ਿਬਾ ਹੋਏ, ਹੁਣ ਦੇਖ ਸਾ ਕਿਹੜਾ ਬੰਦਾ ਜਿਹੜਾ ਤੇ ਮਜਲੇ ਸੇ ਚਾਹੁੰਦਾ ਮੈਨੂੰ ਰੋਵਣ ਨਹੀਂ ਆਉਂਦਾ, ਇਹ ਗੱਲਾਂ ਪਈਆਂ ਹੁੰਦੀਆਂ ਜਾਂ ਕੰਡ ਵਾਲੇ ਪਾਸੋਂ ਲਾਹੌਰ ਵਾਲੀ ਸੈਣ ਹੱਥ ਵਧਾਏਨ, ਮੈਂ ਕੋ ਪਵਾ ਮੈਂ ਨੌਕਰ ਗਾਜ਼ੀ ਦੀ ਭੇੜਾ, ਅਜਰੋ ਕੋ ਮਿਨੱਲਾ ਵੈਣ ਬੁਲੰਦ ਕਰਕੇ ਰੋਵਣ ਵਾਲਿਆਂ ਦਾ ਦਾਰੋ, ਸ਼ਾਲਾ ਸਿਵਾਏ ਗਮ ਹੁਸੈਨ ਦੇ ਕਈ ਗਮ ਵਿੱਚ ਨਾ ਰੋਵੋ, 36 ਦਿਹਾੜੇ ਲੱਗੇ ਨੇ ਮਾਤਮੀਓ ਮਾਲੀਆ ਸਿਫਤਾਂ ਨਾਲੇ ਲਿਖੇ ਅਲੀ ਦੀ ਦੇਹ ਕੋ ਸ਼ਾਮ ਆਉਂਦਿਆਂ, ਮੈਂ ਵੈਣ ਦੇ ਕਰੀਬ ਆ ਗਿਆ, ਹਰ ਬੰਦਾ ਉਤਨਾ ਰੋਸੀ ਜਿਤਨਾ ਮਖਦੂਮਾ ਚਾਹੁੰਦੀ ਹੋ ਸੀ, ਮੇਰੀ ਸੈਣ 15 ਅਜ਼ਾਨਾਂ ਉਹ ਦਰਵਾਜ਼ੇ 'ਤੇ ਖੜ ਕੇ ਸੁਣੀਆਂ ਜਿੱਥੇ ਸ਼ਰੀਫਾਂ ਦੇ ਰੁਕਣ ਦੀ ਜਾ ਨਹੀਂ, ਜਿਹੜੇ ਪਰਦਾਦਾਰ ਲਾ ਕੇ ਆਏ ਬੈਠੇ ਹੋ ਮੇਰੀ ਸੈਣ ਦੇ ਪੈਰਾਂ 'ਤੇ ਵਰਾਂ ਮਾਵੇਂ ਨਾ, ਅਤੇ ਪੁੱਛਿਆ ਹੈ ਸਜਾਦ ਕਿਤਨੀ ਦੇਰ ਏ ਕਮੀਨੇ ਤਾਨਾ ਮਾਰ ਕੇ ਆਖੇ ਨਾ ਅਜਾ ਸ਼ਰਾਬ ਨਹੀਂ ਆਈ, ਵੱਤ ਪੁੱਛਿਆ ਕਿਤਨੀ ਦੇਰ ਏ ਆਖੇ ਨਾ ਅਜਾ ਨੱਚਣ ਵਾਲੇ ਨਹੀਂ ਆਏ, ਵੱਤ ਪੁੱਛਿਆ ਕਿਤਨੀ ਦੇਰ ਏ ਆਖੇ ਨਾ ਅਜਾ ਨਕਾਲ ਨਹੀਂ ਆਏ, ਅਜਾ ਸ਼ਰਾਬਾਂ ਨਹੀਂ ਚੱਲੀਆਂ, ਅਜੇ ਭੜਕੀਲੇ ਲਿਬਾਸ ਨਹੀਂ ਆਏ, ਤ੍ਰੀਜਾ ਦੀ ਸੱਜ ਗਏ ਬਾਜ਼ਾਰ ਯਾ ਬਾਜ਼ਾਰ ਸ਼ੋਰ ਬੁਲੰਦ ਹੋਇਆ ਏ, ਪੱਥਰ ਮਾਰੋ ਬਾਗੀ ਦੀਆਂ ਭੈਣਾਂ ਆ ਗਈਆਂ, ਅਜ਼ਾਦਾਰੋ ਇਤਨਾ ਬੁਲੰਦ ਸ਼ੋਰਾ ਹਰ ਕੈ ਬਾਜ਼ਾਰ ਸੁਣੇ ਹਿੰਦਾ ਮਹੱਲ ਸੁਣੇ, ਅਜ਼ਾਦਾਰੋ ਜਲਦੀ ਦੇ ਨਾਲ ਦੌੜੀਏ 4 ਕਨੀਜ਼ ਹਿੰਦਾ ਦੀਆਂ ਮਹੱਲ ਦਾਖਲ ਹੋਈਆਂ, ਉਤਬਾ ਨਾਮੀ ਕਨੀਜ਼ ਦਾ ਦਾਮਨ ਹਿੰਦਾ ਮਜ਼ਬੂਤੀ ਨਾਲ ਪਕੜਿਆ ਦੀਆਂ, ਉਤਬਾ ਬਾਜ਼ਾਰ 'ਚ ਸ਼ੋਰ ਕੈਸੇ ਆਦੀਏ ਹਿੰਦਾ ਅੱਜ ਪਤਾ ਲੱਗਾ ਏ ਤੇਰਾ ਸ਼ੋਹਰ ਯਜ਼ੀਦ ਬੜਾ ਜ਼ਾਲਿਮ ਏ, ਆਦੀਏ ਤੇਰੀ ਜੁਰਤ ਕਿਵੇਂ ਹੋਈ ਏ ਮੇਰੇ ਸ਼ੋਹਰ ਨੂੰ ਜ਼ਾਲਿਮ ਸੱਡਈ, ਮੈਨੂੰ ਦਲੀਲ ਦੇ ਵਰਨਾ ਤੈਨੂੰ ਕਤਲ ਕਰਾ ਦੇ ਸਾਂ, ਕਤਲ ਦਾ ਲਫ਼ਜ਼ ਏ ਆਵਾਜ਼ ਆਉਂਦਾ ਹਿੰਦਾ ਇੱਕ ਨਹੀਂ ਮੈਂ 1000 ਦਲੀਲਾਂ ਦੇਣੀਆਂ, ਆਵਾਜ਼ ਆਉਂਦਾ ਹਿੰਦਾ ਆਓ ਰੱਸੀ ਇੱਕ ਗੱਲ ਸਤਾਰਾਂ, ਆਦੀਏ ਵੱਡੀਆਂ ਟੁਰਦੀਆਂ ਛੋਟੀਆਂ ਜਾਣ ਪਾਉਂਦੀਆਂ, ਅਜਰੋ ਕੋ ਮਿਨੱਲਾ ਮਾਂ ਹੁਸੈਨ ਦੀ ਰਾਜ਼ੀ ਹੋਵੇ ਇੱਕ ਮੰਜ਼ਲ ਵਧਾਵੇਂ, ਮੈਂ 17 ਪੜ੍ਹ ਲਵਾਂ ਦਾ ਦਾਰ ਬਰਦਾਸ਼ਤ ਕਰ ਲਵੇਂ, ਆਦੀਏ ਕੋਈ ਹੋਰ ਦਲੀਲ ਦੇ ਜੇ ਤੈਨੂੰ ਢੇਰ ਰਵਾਇਆ ਹੋਵੇ, ਆਦੀਏ ਹਿੰਦਾ ਦੇਖਾਈਆਂ ਇੱਕ ਰੱਸੀਏ 'ਚ 2 ਕੈਦੀ ਆਏ, ਪਿਓ ਦੀ ਮਜਬੂਰੀ ਆ ਪਿਓ ਰਕੂ ਦੀ ਹਾਲਤ 'ਚ ਆ ਬਾਕਿਰ ਦਾ ਸਨ ਛੋਟਾ, ਜਦੋਂ ਸਜਾਦ ਕੰਡ ਸਿੱਧੀ ਕਰਿਆ ਬਾਕਿਰ ਦੀਆਂ ਤਲੀਆਂ ਬਟੀ ਵੇਲਾ, ਆਖਿਆ ਬਾਬਾ ਕੰਡ ਸਿੱਧੀ ਨਾ ਕਰੇ ਮੇਰਾ ਗੱਲ ਭਾਰ ਨਹੀਂ ਚੈਂਦਾ,
ਅਜਰੋਕੋ ਮਿਨ ਲਬੜੀ ਰੂਹਾਨੀਆ ਤਾਲੀ ਮਜਲਿਸੇ ਆਵਾਜ਼ ਆਂਦਾ ਉਤਬਾ ਕੈਦੀਆਂ ਨੂੰ ਕੜੀਆਂ ਪਵਾਈਆਂ ਵੈਂਦੀਆਂ ਨੇ ਰੱਸੀਆਂ ਪਵਾਈਆਂ ਵੈਂਦੀਆਂ ਨੇ ਕੋਈ ਇਹ ਜੀ ਦਲੀਲ ਦੇ ਜਿਹਦੇ ਤੂੰ ਸਾਬਿਤ ਹੋਵੇ ਜੋ ਯਜ਼ੀਦ ਜ਼ਾਲਿਮੇ ਆਦੀਏ ਹਿੰਦਾਵਤ ਸੁਣ ਦੇਖਾਈਆਂ ਇੱਕ ਕਾਰੀਆ ਜਿਹੜਾ ਕਾਇਨਾਤ ਵੱਖਰਾ ਕੁਰਾਨ ਪੜ੍ਹਦਾ ਹੈ ਆਦੀਏ ਉਤਬਾ ਭਾਵੇਂ ਕੁਰਾਨ ਪੜ੍ਹਦਾ ਉਹ ਸੀ ਮੇਰੇ ਪੀਰਾਂ ਦੀਆਂ ਕੁਰਾਨ ਨਾ ਪੜ੍ਹਦਾ ਉਹ ਸੀ ਹੁਣ ਦੇਖ ਸਾਂ ਕਿਹੜਾ ਬੰਦਾ ਜਿਹੜਾ ਆਦੇ ਮਜਲਿਸ ਚ ਆਇਆ ਮੈਨੂੰ ਰੋਵਣ ਨਹੀਂ ਆਇਆ ਉਤਬਾ ਦਾ ਆਵਾਜ਼ ਆਉਂਦਾ ਹਿੰਦਾ ਉਹ ਤੇਰੇ ਪੀਰ ਮਸਨਾ ਤੇ ਬਹਿ ਕੇ ਪੜ੍ਹਦੇ ਹੋ ਸੇਨ ਉਹ ਪਾਣੀ ਪੀ ਤੇ ਪੜ੍ਹਦੇ ਹੋ ਸੇਨ ਉਹ ਜਿਹਦਾ ਮੈਂ ਸੁਣਾਇਆ ਉਹਦਾ ਧਾਰ ਨਾਲ ਕੋਈ ਨਹੀਂ ਉਹਦਾ ਸਾਰ ਨੇਜ਼ੇ ਤੇ ਸਵਾਰੇ ਜਿਹੜਾ ਰਸ਼ ਵਧਦਾ ਹੈ ਉਹਦੀ ਭੇਣ ਆਦੀ ਹੁਸੈਨ ਕੁਰਾਨ ਸੁਣਾ ਮੈਂ ਜ਼ੈਨਬਾ ਆਦੀ ਮੇਰੀ ਮਾਂ ਦਾ ਜਨਾਜ਼ਾ ਰਾਤ ਲੈ ਚਵਿਆ ਅਜਰੋ ਕੋ ਮਿਨ ਲਬੜੀ ਰੂਹਾਨੀਆ ਤਾਲੀ ਮਜਲਿਸ ਮੈਂ ਨੌ ਕਰਾਮ ਮਸਾਇ ਮੁਕੰਮਲ ਪੜ੍ਹਨ ਦੀ ਭਾਏ ਅਜ਼ਾਦਾਰੋ ਮਾਤਮੀਓ ਜਿਹੜਾ ਹਲਾ ਸੁਣੇ ਆਦੀਏ ਜਲਦੀ ਕਰੋ ਯਜ਼ੀਦ ਨੂੰ ਇਤਲਾਹ ਦਿਓ ਤੇਰੀ ਘਰ ਵਾਲੀ ਕੈਦੀਆਂ ਨੂੰ ਮਿਲਣਾ ਚਾਹੁੰਦੀ ਏ ਨੌਕਰ ਇਤਲਾਹ ਦਿੱਤੀ ਏ ਭਾਵੇਂ ਜੋ ਸ਼ਰਾਬ ਦੇ ਨਸ਼ੇ ਚ ਆਦੇ ਜਲਦੀ ਕਰੋ ਬਾਜ਼ਾਰ ਬੰਦ ਕਰੋ ਆਦੇ ਮਰਦ ਘਰਾਂ ਚ ਛੁੱਪ ਵੰਨੇ ਕਲੀਨਾ ਵਿਛਾਓ ਕਨਾਤਾਂ ਲਵਾਓ ਫਿਰ ਦੋਸੀਏ ਪਾਕਿਸਤਾਨ ਬਾਬਾ ਨਜ਼ਰ ਝੰਡੀਰ ਖੂਨ ਦੀ ਕਲਮ ਨਾਲ ਵੈਣ ਲਿਖ ਗਏ ਉਹ ਪੜਦੇ ਆਉਂਦੇ ਹਨ ਬਹਾਨੀਂਦ ਕੀਤ ਲਗੀਆਂ ਕਨਾਤਾਂ ਹਰੀਰ ਦੀਆਂ ਮਿੱਟੀ ਤੇ ਆਖ ਬਹਿ ਗਈਆਂ ਭੈਣਾ ਸ਼ਬੀਰ ਦੀਆਂ ਅਜ਼ਾਦਾਰੋ ਮਾਤਮੀਓ ਰਸਤੇ ਤੇ ਤੇਰਾ ਤੇ ਮੇਰਾ ਰਤ ਰੋਵਣ ਵਾਲਾ ਆਬਿਦ ਇਮਾਮ ਹਿੰਦਾ ਸ਼ਾਹਾਨਾ ਲਿਬਾਸ ਪਾਇਆ ਕਨੀਜ਼ਾਂ ਦੇ ਦਾਇਰੇ ਚ ਟੁਰ ਪਈਏ ਹਿੰਦਾ ਦੀ ਨਿਗਾਹ ਪਈਏ ਕੈਦੀਏ ਜਿਹੜਾ ਰਤ ਬੈਠਾ ਰੋਂਦਾ ਏ ਦੋਵੇਂ ਹੱਥ ਮੱਥੇ ਤੇ ਲਾ ਕੇ ਆਦੀਏ ਕੈਦੀ ਮੇਰਾ ਸਲਾਮ ਹੋਵੀ ਸੈਯਦ ਆਦੇ ਹਿੰਦਾ ਮੇਰਾ ਹੀ ਸਲਾਮ ਹੋਈ ਆਦੀਏ ਬਾਜ਼ਾਰ ਚ ਮੇਰਾ ਨਾਂ ਚਾਹੇ ਕੋਈ ਸ਼ਮੰਗ ਤੇ ਕੁੜੇ ਮਾਂ ਆਖੇ ਤੇਰੇ ਜ਼ੇਵਰ ਲਾਵਾਂ ਆਖੇ ਵਤਨ ਪਹੁੰਚਾਵਾਂ ਸੈਯਦ ਆਦੇ ਗੁਨਾਗਾਰ ਨਾ ਬਣ ਅੱਲਾ ਦੀ ਕਨਾ ਸਾਰੇ ਦਰਵਾਜ਼ੇ ਤੋਂ ਮੰਗਦੀ ਏ ਜੇ ਆਖੇ ਤਾਂ ਇੱਕ ਦਫਾ ਵਤ ਸਲਾਮ ਆਖ ਗੁਜਰਾਂ ਲਿਆ ਲਿਓ ਇੱਕ ਦੋ ਦਫਾ ਨਹੀਂ ਨੌ ਦਫਾ ਹਿੰਦਾ ਦੇ ਹੱਥ ਮੱਥੇ ਤੇ ਆਏਨ ਇਡੂ ਸਲਾਮ ਵਧਦੇ ਆਏਨ ਇਡੂ ਰਾਤ ਵਧਦੀ ਆਈਏ ਆਦੀ ਕੈਦੀ ਸਲਾਮ ਵਾਸਤੇ ਸਿੱਖਦਾ ਹੈ ਸੈਯਦ ਆਦੇ ਹਿੰਦਾ ਸਲਾਮਾਂ ਦੀ ਲੋੜ ਨਹੀਂ ਤੇਰੇ ਹੱਥ ਮੁੰਦਰੀਏ ਜਿਹੜੀ ਮੇਰੇ ਬਾਬੇ ਦੀ ਆਦੀ ਕੈਦੀ ਲਹਾ ਦੇਵਾ ਸਵਿਆਦਾਦ ਮੁੰਦਰੀ ਦੀ ਲੋੜ ਨਹੀਂ ਇਹਦੇ ਨਾਲ ਮੇਰੇ ਬਾਬੇ ਦੀ ਅੰਗਲਾ ਓ ਜੈ ਕੁਸ਼ਾ ਮੇ ਗਰੀਬਾਂ ਦੀ ਰਾਤ ਭੈਣਾ ਗੁਲੇ ਮੈਂ ਨੌ ਕਰਾਂ ਮੈਂ ਲੱਖ ਦਫਾ ਆਦੀ ਦੇ ਨਾਲ ਮੇਰੇ ਬਾਬੇ ਗਰੀਬ ਦੀ ਅੰਗੇ ਲਾਈ ਤੇ ਕੋਈ ਸ਼ਾਮੇ ਗਰੀਬਾਂ ਦੀ ਰਾਤ ਭੈਣਾ ਗੁਲੇਂਦੀਆਂ ਲੱਭਦੀ ਨਾਈ ਹੁਣ ਕਿਹੜਾ ਬੰਦਾ ਹੈ ਜਿਹੜਾ ਅਮੀਰ ਬਣ ਕੇ ਮਜਲੇ ਸਜਾਇਆ ਬੈਠਾ ਹੈ ਹੁਣ ਸਜਾਦ ਨਾਲ ਗੁਜ਼ਰ ਆਈਏ ਉੱਥੇ ਆਈਏ ਜਿੱਥਾ 72 ਦੀ ਮਾਤਮਦਾਰ ਬੈਠੀ ਆਈ ਅਲੀ ਦੀ ਆਲੀਆ ਥੀ ਆਦੀ ਕੋਈ ਨਾ ਦੱਸਾਵੇ ਜੋ ਮੈਂ ਮਦੀਨੇ ਆਲੀ ਜ਼ੈਨਬਾ ਆਦੀਨ ਬੀਬੀ ਬਾਜ਼ਾਰ ਆਇਨ ਦਰਬਾਰ ਆਇਨ ਪਰਦੇ ਦਾ ਨਵੀ ਆਖਾ ਅਲੈ ਦਾ ਮਕਾਨ ਪਰਦੇ ਦੀ ਕਿਹੜੀ ਲੋੜੇ ਆਦੀ ਤੁਹਾਨੂੰ ਕਿਹੜਾ ਪਤਾ ਉਹ ਬਾਜ਼ਾਰਾਂ ਚ ਮੇਰੇ ਜਾਣਾ ਨਾਲ ਕੋਇਲਾ ਜਿਹੜੀ ਹੁਣ ਪਈ ਆਂਦੀ ਏ ਮੇਰੇ ਘਰ ਝਾੜੂ ਦੇਂਦੀ ਆ ਆਦੀ ਮੇਰੇ ਘਰ ਬਰਤਨ ਸਾਫ ਕਰੇਂਦੀ ਆਈ ਅਲੀ ਦੀ ਧੀ ਬੋਲੀਏ ਇਸ ਉੱਤੇ ਕਲਾਮ ਨਹੀਂ ਕੀਤਾ ਹਿੰਦਾ ਦੀ ਆਵਾਜ਼ ਆਉਂਦੀ ਹੈ ਕੁਰਸੀ ਹਟਾਓ ਮੈਂ ਮਿੱਟੀ ਤੇ ਬਹਾਂਦੀ ਆ ਆਦੀ ਤੇਰਾ ਲਹਿਜਾ ਸੁਣੇ ਮੇਰਾ ਹਾਂ ਲਹਿੰਦਾ ਵੈਂਦਾ ਏ ਅੱਲਾ ਦੇ ਨਾਂ ਤੇ ਬੋਲ ਤੂੰ ਕੌਣ ਏ ਉਵੇਲੇ ਮੇਰੀ ਸੈਣ ਦਾ ਆਵਾਜ਼ ਆਇਆ ਏ ਮੇਰੇ ਹੱਥ ਰੁੱਝੇ ਹੋਏ ਨੇ ਮੇਰੇ ਚਿਹਰੇ ਤੋਂ ਵਾਲ ਹਟਾ ਜਦੋਂ ਵਾਲ ਹਟਾਏ ਨੇ ਬੀਬੀ ਆਦੀ ਸੁਣਾਣ ਮੈਂ ਜ਼ੈਨਬ ਦਾ ਲਫ਼ਜ਼ ਆਇਆ ਏ ਆਦੀਏ ਕਿੱਥੇ ਤੇਰਾ ਅਬਾਸ ਰੋ ਕੇ ਪਿਆ ਦੀ ਮੇਰੇ ਮੁੱਕ ਗਏ ਮਾਣ ਫਿਰਾਵਾਂ ਦੇ ਤੇ ਜਡਾ ਸ਼ਾਮ ਗਰੀਬਾਂ ਮਾਂ ਹੁਸੈਨ ਦੀ ਰਾਜ਼ੀ
ਮਾਂ ਹੁਸੈਨ ਦੀ ਰਾਜ਼ੀ ਹੋਵੇ ਆਖਰੀ ਵੈਣ ਮੈਂ ਜਾ ਮੌਲਾ ਮੈਨੂੰ ਤਾਕਤ ਦੇਵੇ ਪੜ ਲਵਾਂ ਅਜ਼ਾਦਾਰ ਬਰਦਾਸ਼ਤ ਕਰ ਲਵੇ ਅਜ਼ਾਦਾਰ ਲੱਗੀ ਆਈ ਹੈ ਜਿੱਥੇ 4 ਸਾਲਾਂ ਦੀ ਸਕੀਨਾ ਖੜੀ ਆਈ ਦੋਵੇਂ ਹੱਥ ਚਿਹਰੇ ਤੇ ਆਏ ਆਦੀ ਹੁਸੈਨ ਦੀ ਧੀ ਚਿਹਰੇ ਤੋਂ ਹੱਥ ਹਟਾ ਸਕੀਨਾ ਹੱਥ ਹਟਾ ਨੀਲੇ ਕਾਲੇ ਦਾਗ ਆਏ ਆਦੀ ਤੇਰੇ ਰੁਖਸਾਰ ਕਾਲੇ ਕਿਉਂ ਹੋਏ ਬੀਬੀ ਆਦੀ ਅਲੀ ਅਕਬਰ ਦੀ ਜਾਗੀਰ ਦੇ ਵਿੱਚ ਤੇ ਮੈਂ ਕੁਛ ਮੈਂ ਰਤਮਾ ਜੇ ਮਾਰੇ ਮੈਂ ਪਿਓ ਦੀ ਲਾਸ਼ ਮਾਤਮ ਤੇ ਜੁੜ ਗਏ ਆਖਰੀ ਵੈਣ ਲੱਗੀ ਆਈ ਏ ਤੇਰਾ ਤੇ ਮਜਾ ਰਤ ਰੋਣ ਵਾਲਾ ਇਮਾਮ ਰਤ ਬੈਠਾ ਰੋਂਦਾ ਆਈ 24 ਸਾਲਾਂ ਦਾ ਜਵਾਨ ਆਵੇ ਅੱਜ ਰਤ ਵਧਾ ਰੋਣ ਲੈ ਸਯਾਦਾ ਦਾ ਨਰਵਾ ਡਿੱਟੀ ਮਾਂ ਟੁਰਦੀ ਬਦਮਾਸ਼ਾ